ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਘੁੰਮਣ ਜਾਣਾ ਹੈ ਮਾਈ ਚੈਨਲ ਮੈਂ ਉਹਦੇ ਸਵਰ ਨਹੀਂ ਵਿਚਾਰੇ ਤੇ ਹੋਣ ਦੇ ਵੈਲਕਮ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਦੇ ਉੱਤੇ ਜਿਹਦਾ ਨਾਮ ਹੈਗਾ ਰਪਿੰਦਰ ਕੌਰ ਬਲੌਗਸ ਤੇ ਮਾਰਨਿੰਗ ਦਾ ਟਾਈਮ ਹੈ ਤੇ ਅੱਜ ਦਿਨ ਹੈਗਾ ਹੈ ਵੀਰਵਾਰ ਤੇ ਆਪਣਾ ਬਲੌਗ ਮੈਂ ਹੁਣ ਸਟਾਰਟ ਕਰਨ ਲੱਗੀ ਹਾਂ ਸਵੇਰ ਦੇ 6:30 ਵਜੇ ਦਾ ਟਾਈਮ ਹੋ ਚੁੱਕਿਆ ਹੈ ਤੇ ਇੱਧਰ ਲੱਗੀ ਹਾਂ ਮੱਝ ਦੁੱਧ ਦੀ ਧਾਰ ਕੱਢਣ ਤੇ ਦੁੱਧ ਲਾ ਦਿੱਤਾ ਹੈ ਮੱਝ ਨੇ ਤੇ ਇੱਕ ਟਾਈਮ ਹੀ ਮੱਝ ਦੁੱਧ ਦਿੰਦੀ ਆ ਪਹਿਲਾਂ ਦੋ ਟਾਈਮ ਦਿੰਦੀ ਸੀ ਸ਼ਾਮ ਦੇ ਟਾਈਮ ਵੀ ਦਿੰਦੀ ਸੀ ਬਟ ਹੁਣ ਇੱਕ ਟਾਈਮ ਹੀ ਆ ਲਓ ਜੀ ਮੱਝ ਨੇ ਦੁੱਧ ਲਾ ਦਿੱਤਾ ਤੇ ਕੱਟੇ ਨੂੰ ਵੀ ਆਪਾਂ ਬੰਨ੍ਹ ਦਿੱਤਾ ਸੀਗਾ ਅਤੇ ਬਸ ਇੱਥੇ ਲੱਗੀ ਹਾਂ ਹੁਣ ਮੈਂ ਇਹਦੀ ਧਾਰਾਂ ਕੱਢਣ ਬਹੁਤ ਜ਼ਿਆਦਾ ਰਿਕੁਐਸਟ ਆਉਂਦੀ ਪਈ ਸੀਗੀ ਕਿ ਤੁਸੀਂ ਵੀਡੀਓ ਬਣਾਓ ਫੈਲੋ ਮਿਲਕਿੰਗ ਦੀ ਅਤੇ ਕਾਓ ਮਿਲਕਿੰਗ ਦੀ ਕਾਓ ਜਿਹੜੀ ਹੈਗੀ ਹੈ ਸਾਡੀ ਅਜੇ ਸੂਨੇ ਵਾਲੀ ਆ ਉਹਨੇ ਅਜੇ ਮਤਲਬ ਸਾਡੇ ਪਾ ਮੱਝ ਇਕੱਲੀ ਦੁੱਧ ਦਿੰਦੀ ਹੈ ਜਦੋਂ ਉਹ ਦੁੱਧ ਦੇਣ ਲੱਗੂੰਗੀ ਤਾਂ ਮੈਂ ਉਹਦੀ ਵੀ ਵੀਡੀਓ ਬਣਾ ਦਾਂਗੀ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੀ ਲਓ ਜੀ ਤੁਸੀਂ ਵੀਡੀਓ ਕਰੋ ਇੰਜੋਏ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਬਿਲਕੁਲ ਨਿਊ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਵੀ ਕਰ ਦਿਓ ਸਵੇਰ ਦਾ ਟਾਈਮ ਅਤੇ ਮੱਛਰ ਤਾਂ ਨਹੀਂ ਸੀਗਾ ਪਰ ਮੱਖੀ ਬਹੁਤ ਜ਼ਿਆਦਾ ਸੀ ਮੱਖਣੇ ਨੂੰ ਇੰਨਾ ਜ਼ਿਆਦਾ ਤੰਗ ਕੀਤਾ ਹੋਇਆ ਸੀਗਾ ਤਾਂ ਹੀ ਉਹ ਵਾਰ ਵਾਰ ਪੁੱਛਾਂ ਮਾਰਦੀ ਰਹੀ ਇਹ ਵੈਸੇ ਤਾਂ ਆਪਾਂ ਇਹਦੇ 2-3 ਵਾਰੀ ਦੇ ਕੋਲ ਧੂਣੀ ਵੀ ਲਾਈ ਆ ਪਰ ਜਿਹੜਾ ਓਸਕਰ ਹੈ ਨਾ ਜਿਹੜੇ ਆਪਾਂ ਕਾਗਜ਼ ਵਗੈਰਾ ਰੱਖਦੇ ਨਾ ਧੂਣੀ ਲਾਉਣ ਉਹ ਚੱਕ ਕੇ ਫਿਰ ਘੁੰਮਣ ਲੱਗ ਜਾਂਦਾ ਹੈ ਅਤੇ ਉਹ ਫਿਰ ਡਰ ਲੱਗਿਆ ਰਹਿੰਦਾ ਕਿਤੇ ਤੂੜੀ ਵਾਲੇ ਕਮਰੇ 'ਚ ਨਾ ਵੜ ਜਾਵੇ ਜਾ ਕੇ ਹੋਰ ਤੂੜੀ ਨੂੰ ਵੀ ਅੱਗ ਲੱਗ ਜਾਊਗੀ ਇਸ ਕਰਕੇ ਹੁਣ ਡਰਦੇ ਮਾਰੇ ਆਪਾਂ ਫਿਰ ਧੂਣੀ ਵੀ ਨਹੀਂ ਪਾਉਂਦੇ ਹੈਗੇ ਇਹਨਾਂ ਨੂੰ ਤਾਂ ਕਿ ਮੱਛਰ ਵਗੈਰਾ ਉੱਡ ਜਾਵੇ ਅਤੇ ਸਵੇਰੇ ਸਵੇਰੇ ਵੀ ਗਰਮੀ ਬਹੁਤ ਜ਼ਿਆਦਾ ਹੋ ਗਈ ਸਾਡੇ ਇੱਧਰ ਤਾਂ ਮੀਂਹ ਵਗੈਰਾ ਤਾਂ ਕੁਛ ਪੈਂਦਾ ਨਹੀਂ ਹੈਗਾ ਮੱਝਾਂ ਦਾ ਵੀ ਬਹੁਤ ਮੰਦਾ ਹਾਲ ਹੈ ਅਤੇ ਪੱਠੇ ਵਗੈਰਾ ਇਹਨਾਂ ਨੂੰ ਸਵੇਰੇ ਸਰਦਾਰ ਜੀ ਨੇ ਪਾ ਦਿੱਤੇ ਸੀ ਬਸ ਮੈਂ ਧਾਰ ਹੀ ਕੱਢਣੀ ਸੀਗੀ ਅਤੇ ਨਾ ਲੱਗਦਾ ਫਿਰ ਥੋੜ੍ਹਾ ਬਹੁਤਾ ਕੰਮ ਹੁੰਦਾ ਹੈ ਮੱਝਾਂ ਵਾਲੀ ਸਾਈਡ ਦਾ ਅਤੇ ਉਹ ਫਿਰ ਸਰਦਾਰ ਜੀ ਕਰਨ ਲੱਗ ਗਏ ਸੀਗੇ ਅਤੇ ਨਾਲ ਹੀ ਫਿਰ ਬਾਅਦ ਵਿੱਚ ਓਸਕਰ ਨੂੰ ਵੀ ਬਾਹਰ ਘੁੰਮਾਉਣ ਲੈ ਗਏ ਸੀਗੇ ਨਹੀਂ ਤਾਂ ਫਿਰ ਉਹ ਮੱਝ ਵੀ ਨਹੀਂ ਚੋਣ ਦਿੰਦਾ ਆਲੇ ਦੁਆਲੇ ਘੁੰਮਦਾ ਰਹਿੰਦਾ ਹੈ ਅਤੇ ਪਤਾ ਕੀ ਕਰਦਾ ਹੈ ਉਹ ਪੱਠਿਆਂ ਦੇ ਉੱਤੇ ਬਹਿ ਜਾਂਦਾ ਜਾ ਕੇ ਜਦੋਂ ਮੱਝ ਨੂੰ ਜਾਂ ਗਾਵਾਂ ਨੂੰ ਪੱਠੇ ਪਾਏ ਹੁੰਦੇ ਅਤੇ ਉੱਥੇ ਜਾ ਕੇ ਬਹਿ ਜਾਂਦਾ ਬਹੁਤ ਤੰਗ ਕਰਦਾ ਹੈ ਅਤੇ ਇੱਥੇ ਮੈਂ ਇਹੀ ਗੱਲਾਂ ਕਰਦੀ ਪਈ ਸੀਗੀ ਵੀ ਮੱਝ ਨੂੰ ਵੀ ਮੱਖ ਬਹੁਤ ਜ਼ਿਆਦਾ ਤੰਗ ਕਰਨ ਡਿਆ ਤਾਂ ਇੱਧਰ ਉੱਧਰ ਪੂਛ ਮਾਰਦੀ ਪਈ ਹੈ ਅਤੇ ਅੱਗੇ ਪਿੱਛੇ ਹੋਈ ਜਾਂਦੀ ਸੀਗੀ ਮੱਝ ਅਤੇ ਮੈਨੂੰ ਇਹ ਵੀ ਡਰ ਲੱਗਿਆ ਸੀਗਾ ਕਿ ਦੁੱਧ ਵਗੈਰਾ ਨਾ ਗੇਰ ਦੇਵੇ ਅਤੇ ਕੈਮਰੇ 'ਤੇ ਵੀ ਬੜੀ ਜ਼ੋਰ ਕੇ ਇਹਨਾਂ ਪੂਛ ਮਾਰੀ ਸੀਗੀ ਅਤੇ ਮੈਂ ਕਿਹਾ ਲੈ ਵੀ ਕੈਮਰਾ ਦਾ ਗਿਆ ਫੋਨ ਮੇਰਾ ਟੁੱਟ ਜਾਣਾ ਹੁਣ ਅਤੇ ਲਓ ਜੀ ਤੁਸੀਂ ਵੀਡੀਓ ਕਰੋ ਇੰਜੋਏ ਗੋਹਾ ਵਗੈਰਾ ਹਜੇ ਪਿੱਛੇ ਨੂੰ ਹੀ ਕੀਤਾ ਸੀਗਾ ਆਪਾਂ ਮਤਲਬ ਉਹ ਚੱਕਿਆ ਨਹੀਂ ਸੀਗਾ ਅਤੇ ਜਿੱਦਾਂ ਹੀ ਅੱਗੇ ਪਿੱਛੇ ਘੁੰਮਦੀ ਰਹੀ ਨਾ ਅਤੇ ਮੈਨੂੰ ਇਹ ਸੀ ਵੀ ਕੱਪੜੇ ਵਗੈਰਾ ਸਾਰੇ ਖਰਾਬ ਹੋ ਜਾਣੇ ਆ ਅਤੇ ਕੱਪੜਿਆਂ ਦੇ ਫਿਰ ਤੁਹਾਨੂੰ ਪਤਾ ਗੋਹੇ ਦੇ ਦਾਗ ਵੀ ਬਹੁਤ ਮੁਸ਼ਕਲ ਨਾਲ ਜਾਂਦੇ ਆ ਅਤੇ ਨਾ ਮੈਂ ਪੀੜ੍ਹੀ ਵੀ ਨਾ ਲੈ ਕੇ ਬਹਿੰਦੀ ਹੈਗੀ ਆ ਪੀੜ੍ਹੀ ਇਸ ਕਰਕੇ ਨਹੀਂ ਲੈ ਕੇ ਬਹਿੰਦੀ ਕਿਉਂਕਿ ਕਿਹੜਾ ਫਿਰ ਪੀੜ੍ਹੀ ਅੱਗੇ ਕਰੀ ਜਾਵੇ ਜਦੋਂ ਮੱਝਾਂ ਇੱਧਰ ਇੱਧਰ ਹੋਣ ਲੱਗ ਜਾਂਦੀਆਂ ਹੈ ਇਹ ਹੁੰਦਾ ਵੀ ਇੱਕ ਸਾਰ ਮੱਝ ਖੜ੍ਹੀ ਰਹੇ ਤਾਂ ਠੀਕ ਰਹਿੰਦਾ ਹੈ ਅਤੇ ਇਹਨਾਂ ਦਾ ਪੂਛ ਮਾਰ ਮਾਰ ਕੇ ਬੁਰਾ ਹਾਲ ਕਰ ਦਿੱਤਾ ਹੈ ਲਓ ਜੀ ਮੱਝ ਦੁੱਧ ਦੀ ਧਾਰ ਤਾਂ ਆਪਾਂ ਕੱਢ ਲਈ ਸੀਗੀ ਅਤੇ ਚੰਗਾ ਜੀ ਹੁਣ ਮੈਂ ਆਪਣੀ ਵੀਡੀਓ ਇੱਥੇ ਸਮਾਪਤ ਕਰਦਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਥੱਲੇ ਦਿੱਤੇ ਬੈਲ ਆਈਕਨ ਬਟਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਜਿਹੜੀ ਇਹ ਵੀਡੀਓ ਅਪਲੋਡ ਕਰਾ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਜਾਵੇ ਚੰਗਾ ਜੀ ਹੱਸਦੇ ਵੱਸਦੇ ਰਹੋ ਰੱਬ ਰਾਖਾ